ਝਾੜ ਚੰਗਾ ਤੇਰਾ ਤੇ ਧਾਨਾ ਮੰਗਦਾ ਉੱਪਰ ਨੂੰ ਕੱਢਦੀ ਕਣਕ ਦੇਖਦਾ ਲੈ ਮਿਹਨਤ ਦਾ ਤੂੰ ਕਰਦਾ ਫੇਰ ਖੰਡਾ ਦੀ ਆਪਣੀ ਬਣਾ ਜਾਣੀ ਹੁਣ ਸਾਡੀ ਵਾਰੀ ਨੂੰ ਮੀਂਹ ਪਵਾਉਂਗੇ ਹੋਰ ਕਿਆ ਹਾਲ ਹੈ ਬਾਈ ਜੀ ਉਹ ਯਾਰ ਇਹੀ ਆਹੀ ਇਹਦੇ ਕਰਕੇ ਖੇਤੀ ਤੇ ਥੋੜਾ ਮਨ ਜਾ ਮੁੜਨ ਲੱਗ ਜਾਣਾ ਹੈ ਕਿ ਨਹੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਅਤੇ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਖਾਲਸਾ ਦੀ ਸਥਾਪਨਾ ਹੋਈ ਸੀ ਅੱਜ ਅਤੇ ਸਾਜੇ ਪਹਿਲਾਂ ਸਵੇਰੇ ਸਾਜਰੀ ਗੁਰਦੁਆਰਾ ਸਾਹਿਬ ਆਪਣੇ ਪਿੰਡ ਵਾਲੇ ਮੱਥਾ ਟੇਕ ਕੇ ਆਏ ਹਾਂ ਅਤੇ ਹੁਣ ਆਏ ਹਾਂ ਕੀਰਤਪੁਰ ਸਾਹਿਬ ਅਤੇ ਇੱਧਰ ਮੱਥਾ ਟੇਕਣ ਆਏ ਹੋਏ ਹਾਂ ਅਤੇ ਸਾਜਰੇ ਮੈਂ ਕਿਹਾ ਫਿਰ ਕੰਬਾਈਨ ਜਾ ਕੇ ਚਲਾਉਣੀ ਆ ਕੀਰਤਪੁਰ ਸਾਹਿਬ ਆ ਕੇ ਅਸੀਂ ਪਹੁੰਚ ਚੱਲੇ ਜਿਸ ਨੂੰ ਗੱਡੀ ਚਲਾਉਂਦਾ ਹੈ ਮੱਥਾ ਟੇਕ ਕੇ ਦੋਨੋਂ ਆਪਾਂ ਆਈ ਸੰਗਰਾਂਦ ਨੂੰ ਵੈਸੇ ਆਉਂਦੇ ਹਾਂ ਕਿਸੇ ਵਾਰ ਨਹੀਂ ਵੀ ਆਇਆ ਹੁੰਦਾ ਅਤੇ ਹੁਣ ਦੁੱਧ ਵੀ ਚੜਾ ਆਉਂਦੇ ਹਾਂ ਮੱਝਾਂ ਦਾ ਜਿਹੜਾ ਆਪਾਂ ਦੁੱਧ ਘੀ ਇੱਥੇ ਚੜਾਉਂਦੇ ਹਾਂ ਆਪਾਂ ਅਤੇ ਅੱਜ ਸੰਗਤ ਮੈਨੂੰ ਲੱਗਦਾ ਬਾਕੀ ਤਾਂ ਆਪਾਂ ਤਾਂ ਸਾਜਰੇ ਆ ਗਏ ਹਾਲੇ 6:30 ਹੋਏ ਹਾਂ ਇੱਥੇ ਪਹੁੰਚ ਗਏ ਇੱਥੇ ਬਾਕੀ ਦਿਨ 'ਚ ਤਾਂ ਕਾਫੀ ਰਸ਼ ਹੋ ਜਾਣਾ ਸੰਗਤਾਂ ਬਹੁਤ ਪਹੁੰਚੀਆਂ ਹੋਈਆਂ ਪਿੱਛੇ ਵੀ ਟਰਾਲੀਆਂ ਟਰੂਲੀਆਂ ਬਹੁਤ ਆ ਰਹੀਆਂ ਅਨੰਦਪੁਰ ਸਾਹਿਬ ਜ਼ਿਆਦਾ ਇਕੱਠ ਹੁੰਦਾ ਹੈ ਸੰਗਤ ਦਾ ਬਾਕੀ ਆਪਾਂ ਕੀਰਤਪੁਰ ਸਾਹਿਬ ਆਉਂਦੇ ਹੁੰਦੇ ਹਾਂ ਬਾਈ ਇੱਧਰਲੀ ਪਹਾੜੀ 'ਤੇ ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਸਾਹਿਬ ਹੈ ਅਤੇ ਉਹ ਦੂਜੀ ਪਿੱਛੇ ਪਰਲੇ ਪਾਸੇ ਪਹਾੜੀ 'ਤੇ ਬਾਬਾ ਬੁੱਢਣ ਸ਼ਾਹ ਜੀ ਅਤੇ ਹੁਣ ਆਪਾਂ ਗੱਡੀ ਹੁਣ ਤਾਂ ਸਵੇਰੇ ਆਪਣੀ ਉੱਪਰ ਚਲੇ ਜਾਣੀ ਦਿਨ 'ਚ ਤਾਂ ਇਹਨਾਂ ਨੇ ਬੰਦ ਕਰ ਦੇਣੀਆਂ ਜਾਣੀਆਂ ਦੇਖ ਕੇ ਪਹਿਲਾਂ ਹੀ ਟਿਕਾਣੇ ਜਿਹੇ ਲਾਈ ਸੰਗਤ ਵਾਪਸੀ ਵੀ ਹੋਣ ਲੱਗ ਗਈ ਰਾਤ ਰੋਧੇ ਆਏ ਹੋਏ ਹੈ ਨਾ ਟਰੈਕਟਰਾਂ ਟਰੁਕਟਰਾਂ ਵਾਲੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਅੱਜ ਸਜਾਵਟ ਬਹੁਤ ਕਰੀ ਬਾਈ ਸੰਗਤਾਂ ਬਹੁਤ ਪਹੁੰਚੀਆਂ ਹੋਈਆਂ ਅੰਦਰ ਬਾਈ ਮਨਾ ਕਰਦੇ ਹਾਂ ਇਸ ਕਰਕੇ ਆਪਾਂ ਆਉਣੀ ਨਹੀਂ ਸਜਾਵਟ ਕਰੀਏ ਵਿਸਾਖੀ ਕਰਕੇ ਸਜਾਵਟ ਬਹੁਤ ਕਰੀ ਬਾਈ ਲੋ ਬਈ ਮੱਥਾ ਟੇਕ ਲਿਆ ਆਪਾਂ ਕੀਰਤਪੁਰ ਸਾਹਿਬ 'ਤੇ ਚੱਲੇ ਹਾਂ ਘਰ ਨੂੰ ਬਾਹਰੋਂ ਸੰਗਤਾਂ ਬਹੁਤ ਆਈਆਂ ਹੋਈਆਂ ਬਾਈ ਜਿਹੜੀਆਂ ਦੂਰ ਦੂਰ ਤੋਂ ਆਉਂਦੇ ਹਾਂ ਆਪਣਾ ਵਿਸਾਖੀ ਵਾਲੇ ਦਿਨ ਅਤੇ ਟਰੈਲੇ ਬਹੁਤ ਆਏ ਹੋਏ ਆ ਇਸ ਕਰਕੇ ਥੋੜ੍ਹਾ ਹੁਣ ਆਪਾਂ ਬੁੱਢਾ ਸ਼ਾਹ ਜੀ ਦੇ ਮੰਦਰ ਜਾ ਰਹੇ ਹਾਂ ਇੱਧਰ ਵੀ ਜਾਮ ਲੱਗਿਆ ਹੋਇਆ ਦੇਖੋ ਮਸ਼ੀਨ ਦੇਖੀਏ ਜੀ ਬਾਈ ਆਪਾਂ ਮੱਥਾ ਟੇਕ ਕੇ ਜਿੰਨੇ ਇੱਧਰ ਆਏ ਹਾਂ ਘਰ ਘਰ ਜਾ ਕੇ ਇੱਧਰ ਸਮਰਾਲੇ ਅੱਜ ਮਸ਼ੀਨ ਚੱਲਦੀ ਆ ਮਸ਼ੀਨ ਕੋਲ ਪਹੁੰਚ ਗਿਆ ਅਤੇ ਇੱਥੇ ਬਾਈਪਾਸ ਦੇ ਬਿਲਕੁਲ ਨਾਲੇ ਚੱਲਦੀ ਆ ਮੁੰਡਿਆਂ ਦਾ ਇੱਥੇ ਇਕੱਠੇ ਹੀ ਟੱਕਦਾ ਬਾਈ ਦਾ ਮੋਨੂ ਨੇ ਬੁਲਾਏ ਤੇ ਸਮਰਾਲੇ ਵਾਲਾ ਮੋਨੂ ਅਤੇ ਉਹ ਕਹਿੰਦਾ ਇੱਧਰ ਲਵਾ ਅੱਜ ਦਿਹਾੜੀ ਮੇਰੀ ਮੈਂ ਚੱਲ ਕਰਦਾ ਅਤੇ ਇੱਥੇ ਚੱਲਦੀ ਆ ਮਸ਼ੀਨ ਚਿੰਨਾ ਵੀ ਲੱਗਿਆ ਹੋਇਆ ਚਿੰਨੇ ਦੀ ਸਮਝ ਨਹੀਂ ਆ ਰਹੀ ਕਰਿਆ ਹੈਲਪਰ ਹੀ ਮੈਂ ਆ ਬੰਦੇ ਦਾ ਕੰਮ ਕਰਦਾ ਫਿਰ ਜਾਣਾ ਇਹਨੂੰ ਸਮਝ ਨਹੀਂ ਆਈ ਲੋ ਬਾਈ ਮਿਲੋ ਚਿੰਨੇ ਨੂੰ ਜਿੰਨੇ ਸਮਝ ਨਹੀਂ ਆਈ ਦਾਤੀ ਚੱਕੀ ਵੀ ਦੇ ਅੱਛਾ ਅੱਛਾ ਤਾਂ ਠੇਕੇ ਮੈਂ ਲੱਤੀ ਵੀ ਹੈ ਇਹ ਤਾਂ ਫਿਰ ਦਾਤੀ ਫੜੀ ਹੋਈ ਹੈ ਮੈਨੂੰ ਚੱਕਰ ਹੋਰ ਲੱਗਦਾ ਤੇਰੇ ਮੂੰਹ ਤੇ
ਪਤਾ ਨੀ ਤੇ ਗੋਲਾ ਚਲਾ ਰਿਹਾ ਬਾਈ, ਮੂੰਹ ਮਾ ਬੰਨਿਆ ਹੋਇਆ ਉਹਨੇ, ਵੱਟਾਂ ਟਪਾਈ ਜਾ ਰਿਹਾ ਬਾਈ। ਉਹ ਸਾਰੀ ਆਪਾਂ ਹੀ ਵੱਡੀ ਆ ਇਹ, ਹੈਂ ਕਿਹੜੀ? ਅੱਛਾ ਅੱਛਾ ਇੱਧਰ ਆ ਗਈ, ਠੀਕ ਹੈ ਠੀਕ ਹੈ। ਤੇ ਉਹ ਪਰਾਂ ਵੱਢ ਗਏ ਆ ਉਹ ਉੱਥੇ, ਹੈਂ ਪਿੱਛੇ। ਲੈ ਬਾਈ ਚਿੰਨਾ ਚਿੰਨਾ ਬਾਈ ਹੋਰ, ਮੈਂ ਵੀ ਦਾਤੀ ਵੀ ਕਹਿਣਾ ਕਹਦੇ ਚਿੰਨਾ ਹੋਰੇ ਸਮਾਨ ਚੱਕੀ ਫਿਰਦਾ। ਅੱਛਾ ਉਹ ਝੁੰਡਾ ਕੋਲ, ਅੱਛਾ ਆਹ ਦੇਖੋ ਬਾਈ ਜਿਹੜਾ ਬੰਦਾ ਪਛਾਣਦਾ ਤਾਂ ਕਿਆ ਚੀਜ਼ ਆ ਇਹ ਉਹ ਝੁੰਡਾ ਦੇ ਕੋਲ ਪਰਲੀ ਸਾਈਡ ਦਾ। ਲੋ ਬਈ ਇੱਥੇ ਵੱਢ ਹੋ ਗਈ ਤੇ ਹੁਣ ਆਹ ਬਾਈ ਦੀ ਕੋਹ ਟਰਾਲੀ ਉਹ ਖੇਤ ਦੇ ਹੇਠਾਂ ਤੇ ਆਹ ਖੇਤ ਹੈ, ਇਹ ਬਾਈਪਾਸ ਦੇ ਨਾਲੇ ਆ ਰੋਪੜ ਦੇ ਕੋਲ ਪਹੁੰਚੇ ਹੋਏ ਤੇ ਬਾਈ ਤੇ ਇੱਧਰ ਬਾਈਪਾਸ ਚੱਲਦਾ ਇੱਥੇ ਆਇਆ ਹੋਇਆ ਤਾ ਅੱਜ ਸਮਰਾਲੇ ਤੇ ਹੁਣ ਮੋਨੂ ਦੀ ਵੱਢਣ ਜਾਣੀ ਆ। ਇਹ ਕਹਿੰਦਾ ਉੱਥੇ ਜਿੱਥੇ ਲਾਇਸੈਂਸ ਬਣਦੇ ਆ ਬਾਈ, ਲਾਇਸੈਂਸ ਦਾ ਬਣਦੇ ਇੱਧਰ ਉਹ ਆਪਣਾ ਪਾਰ ਕਰਕੇ ਇਹ ਆਪਣਾ ਬਾਈਪਾਸ ਉੱਧਰ ਜਾਣਾ, ਹੁਣ ਉੱਧਰ ਵੱਢ ਕੇ ਆਉਣੀ ਮੋਨੂ ਦੀ। ਇੱਧਰ ਬਾਈਆਂ ਦੀ ਵੱਢ ਹੋ ਗਈ, ਇੱਕ ਵਾਰ ਮੋਨੂ ਦੀ ਇੱਥੇ ਵੀ ਵੱਢ ਕੇ ਗਿਆ ਤਾਂ ਮੈਂ ਉਹ ਮੋਟਰ ਕੋਲ ਜਾਂ ਲੇਟ ਹੋਊਗੀ ਦੀ। ਹਵਾ ਚੱਲਦੀ ਆ ਬਾਈ, ਬੱਦਲ ਜਿਹਾ ਹੋ ਰਿਹਾ ਇਹਦੇ ਕਰਕੇ ਫੋਨ ਆਈ ਜਾਂਦੇ ਆ ਬਾਈ, ਕੱਲ ਅੱਜ ਵੱਢਦੇ ਜੇ ਟਾਈਮ ਹੈਗਾ। ਹੁਣ ਆ ਗਏ ਆਪਾਂ ਬਾਈਪਾਸ ਟੱਪ ਕੇ ਰੋਪੜ ਦੇ ਵਿੱਚ ਆ ਗਏ, ਰੋਪੜ ਸ਼ਹਿਰ ਦੇ ਵਿੱਚ ਆ ਗਏ। ਚਿੰਨਾ ਕਹਿੰਦਾ ਜਾਣਾ ਪਛਾਣਾ ਸ਼ਹਿਰ ਲੱਗਦਾ। ਮੋਨੂ ਦੇ ਵੱਢਣ ਆਇਆ ਬਾਈ, ਹੋਰ ਮੋਨੂ? ਬਸ ਠੀਕ ਆ ਬਾਈ, ਵਧੀਆ। ਮੋਨੂ ਟਰੈਕਟਰ ਵਧੀਆ ਬਲ ਹੈ, ਠੀਕ ਆ, ਓਕੇ। ਮਾਡਲ 11 ਦੱਸਦਾ, ਟਰੈਕਟਰ ਸਾਫ ਬਹੁਤ ਆ ਬਾਈ। ਮੋਨੂ 11 ਦਾ ਨਹੀਂ ਹੋਣਾ, 11 ਟਰੈਕਟਰ 11 ਮਾਡਲ ਦਾ, ਟਾਇਰ ਟੂਰ ਤਾਂ ਬਦਲਾਏ ਆ, ਟਾਇਰ ਬਦਲਾਏ। ਅੱਛਾ, ਇਹ ਟਰੈਕਟਰ ਬਹੁਤ ਸਾਫ ਆ ਯਾਰ, ਤੇ ਕਾਲੇ ਇੰਜਨ ਵਾਲੇ ਤਾਂ ਵੈਸੇ ਹੀ ਇਹਨਾਂ ਨੇ ਚੜ੍ਹਾਈ ਕਰੀ ਦੀ, ਇਹਨਾਂ ਨੇ ਚੜ੍ਹਾਈ ਕਰੀ ਦੀ ਮਹਿੰਦਰੇ ਦੀ, ਹੈਂ ਬਿਲਕੁਲ ਬਾਈ। ਟਰੈਕਟਰ ਦੇਖੋ ਪਹਿਲਾਂ, ਆਹ ਦੇਖੋ ਬਾਈ ਟਰੈਕਟਰ 11 ਮਾਡਲ, ਟਰੈਕਟਰ ਸਾਫ ਬਹੁਤ, ਕਿਤੇ ਤੋਂ ਲਿਖੀ ਨਹੀਂ। ਮੋਨੂ ਫਿਰ ਟਾਇਰ ਘਸੇ ਹੋਏ ਤੇ ਕਿਆ ਦਾ? ਟਾਇਰ ਸੁੱਕ ਗਏ ਦੇ, ਸੁੱਕ ਗਏ। ਅੱਛਾ, ਟਾਇਰ ਲਾ ਦੇ ਜਿਹੜੀ ਸੁੱਕੇ ਹੋਏ ਦੇ, ਜਿਵੇਂ ਤੇੜਾ ਪੱਟ ਖੜਾ ਦਾ ਨਾ, ਹਵਾ ਹਵਾ ਵੀ ਨਿਕਲੀ ਹੋਈ ਸੀ ਬਸ, ਫਿਰ ਉਹਦੇ ਬਾਅਦ ਵਿੱਚ ਜਿਹਾ ਬਦਲਾ ਦਿੰਦੇ ਆ। ਠੀਕ ਹੈ ਠੀਕ, ਕੰਮ ਗਿਆ ਚਲਾਈ ਘੱਟ, ਫਿਰ ਤਾਂ ਬਦਲਾਉਣੇ ਪੈਣੇ। ਟਾਇਰ ਪਾੜ ਸਕਦੇ ਆ, ਸੁੱਕੇ ਹੋਏ ਟਾਇਰ, ਚੱਲਦੇ ਟਾਇਰ ਠੀਕ ਰਹਿੰਦੇ, ਸੁੱਕੇ ਹੋਏ ਟਾਇਰ ਤਾਂ ਕਿਤੇ ਵੀ ਪਾੜ ਸਕਦੇ ਆ। ਪਹਿਲਾਂ ਵੀ ਤਾਂ ਇਹ 53 ਦੱਸੇ ਤਾਂ ਮੈਨੂੰ, ਉਹਦਾ ਕਿਆ ਚੱਕਰ ਹੋ ਗਿਆ? ਸੋਨੂੰ ਬਾਈ ਸੋਨੂੰ ਸ਼ਹਿਰ ਦੇ ਨਾਲ ਕਿਤੇ ਨੀ ਛੱਡਦਾ। ਹੁਣ ਆਹ ਦੇਖੋ, ਆਹ ਸਮਝ ਲਓ ਆਪਾਂ ਲਾਇਸੈਂਸ ਬਣਦੇ ਆ, ਡੀਟੀਓ ਦਫ਼ਤਰ ਆ ਇੱਥੇ, ਤੇ ਇੱਥੇ ਚਿੰਨੇ ਨੂੰ ਹੁਣ ਇੱਥੇ ਟ੍ਰੇਨਿੰਗ, ਚੱਲ ਟ੍ਰੇਨਿੰਗ ਪਾੜੀ ਆ ਪਹਿਲਾਂ ਤੈਨੂੰ ਅੰਦਰ, ਬਾਹਰ ਵਾਲੇ ਤੂੰ ਇਹੀ ਦੇ ਹੀ ਬਣਾ ਲਾ ਪਹਿਲਾਂ, ਜਾ ਅੰਦਰ ਟ੍ਰੇਨਿੰਗ ਲੈ ਕੇ ਮੋੜ ਘੇੜ ਦੇ। ਆਹ ਮਸ਼ੀਨ ਇਹ ਕਹਦੇ ਮੋਟਰਸਾਈਕਲ ਗੱਡੀ ਘੁਮਾਉਂਦੇ ਹੁੰਦੇ ਆ, ਉਰੇ ਨੂੰ ਚੜਾਈ ਜੀ ਬਣਾਈ ਹੋਈ ਆ ਜਿੰਨੇ ਕੈਮਰੇ ਲੱਗੇ ਹੋਏ ਆ ਉਰੇ, ਹੈਂ ਲਾਇਸੈਂਸ ਇੱਕਣਾ ਨੀ ਬਣਦੇ, ਤੇਰਾ ਹੈਗਾ ਲਾਇਸੈਂਸ? ਇਹਨੇ ਲਾਇਸੈਂਸ ਨੀ ਬਣਾਇਆ ਹੋਇਆ ਦੇਖ ਲਾ।
ਨਹਾਂ ਸਾਹਿਬ ਬਣਵਾ ਲਾ, ਟ੍ਰੇਨਿੰਗ ਕਰਕੇ ਬਣਦੇ ਆ। ਨਹੀਂ ਟਰੈਕਟਰ ਵਧੀਆ, ਬਹੁਤ ਵਧੀਆ ਮਿਲ ਗਿਆ ਤੈਨੂੰ। ਹਾਂ ਮੈਨੂੰ ਕੋਈ ਜ਼ਮੀਨ ਨਹੀਂ ਛੱਡਦਾ ਬਾਈ, ਸ਼ਹਿਰ ਤੇ ਲੱਗਾ ਵਿਚਾਲੇ ਜੇ ਪਈ ਤੀ ਮੈਨੂੰ, ਆਪ ਹੀ ਠੇਕੇ ਪਰ ਲੈ ਕੇ ਕਰੀ ਹੋਈ ਆ। ਹੈ ਮੈਨੂੰ ਨਹੀਂ, ਉਹੀਓ ਕਾਂਡ ਤਾਂ ਆਈ ਜਾਂਦੀ ਹੈ ਸ਼ਹਿਰ ਦੀ ਜ਼ਮੀਨ ਦੇ ਨਾਲ ਨਾ, ਬਾਰਾ ਗੈਂ ਗੁਆਂ ਉਹ ਜੀ ਨੀ, ਬਾਰਾ ਗੈਂ ਗੁਆਂ ਤੰਗ ਕਰ ਰਹੇ, ਇਹੀ ਧੰਨ ਹੈ, ਲਾਗਾ ਬੱਟਦੇ ਹੀ ਥੱਕ ਜਾਂਦੇ ਆ, ਹੈ ਕਿ ਨਹੀਂ। ਉਹ ਤਾਰ ਅਬੇ ਤਾਂ ਕੰਡੇ ਲਾ ਦੇ, ਕੋਈ ਸੌਖਾ ਕੰਮ ਹੈ? ਪਹਿਲਾਂ ਤੁਹਾਡੇ ਲੱਗਦੇ ਸਾਰੇ ਕੰਡੇ, ਤੁਹਾਡਾ ਤਾਂ ਪਿੰਡ ਵੀ ਸ਼ਹਿਰ ਦੇ ਵਿੱਚ ਆ ਗਿਆ, ਸਮਰਾਲਾ ਸ਼ਹਿਰ ਪਿੰਡ 'ਚ ਬੱਚੇ। ਬਾਈਪਾਸ ਨੇ ਬਹੁਤ ਫਾਇਦਾ ਕਰਿਆ ਤੁਹਾਨੂੰ, ਹੈਂ? ਪਹਿਲਾਂ ਥੋੜ੍ਹਾ ਘੱਟ ਤਾਂ, ਹੁਣ ਬਾਈਪਾਸ ਕਰਕੇ ਜ਼ਿਆਦਾ ਹੋ ਗਿਆ ਜ਼ਮੀਨਾਂ ਵਿੱਚ। ਆਹ ਡੀ ਟੀ ਓ ਦਫ਼ਤਰ ਦੇ ਪਰਾਂ ਬਈ, ਆਹ ਡੀ ਟੀ ਓ ਦਫ਼ਤਰ ਹੈ ਸਾਡੇ ਰੋਪੜ ਦਾ, ਅਤੇ ਆਪਣਾ ਗੋਲਾ ਫੋਰਮੈਨ ਚਲਾ ਰਿਹਾ ਹੈ, ਗੱਡੀ ਪਈ ਆ ਮੁੰਡੇ ਨੇ ਰੱਬ ਦੀ ਕਿਰਪਾ ਨਾਲ। ਥੋੜ੍ਹਾ ਰੋਕਣਾ ਪੈਂਦਾ, ਮੈਂ ਕਿਹਾ ਹਿਸਾਬ ਦੇ ਨਾਲ ਇਹ ਚਲਾ ਹਾਲੇ, ਫਿਰ ਮਾੜਾ ਮੋਟਾ ਹਾਈ ਹੋਈ ਹੋ ਲਾਈ ਗਈ ਘਾਸੇ ਜੇ ਪੈ ਜਾਵੇ। ਮੋਨੂ ਨੇ ਬਾਈ ਕਈ ਜਗ੍ਹਾ ਠੇਕੇ ਟੁੱਕੇ ਤੇ ਲਈ ਹੈ। ਮੋਨੂ ਕਿੰਨੇ ਕਿੱਲੇ ਠੇਕੇ ਪਰ ਆਉਣਾ? ਸੱਠ ਕਿੱਲੇ ਠੇਕੇ ਵਗੈਰੇ ਹੋਏ ਆ, ਸਬਜ਼ੀ ਵੀ ਲਾਈ ਵੀ ਆ। ਤੇ ਕੌਣ ਕਰਦਾ ਸਬਜ਼ੀ ਦਾ? ਉਹੀ ਉੱਥੀ ਸਬਜ਼ੀ ਉੱਤੀ ਲਾਈ ਵੀ ਆ। ਅੱਛਾ ਠੀਕ, ਕਿਆ ਲਾਇਆ ਹੋਇਆ? ਅੱਛਾ, ਫਿਰ ਇਕੱਲਾ ਹੀ ਬੰਦਾ ਤੇਰੇ ਨਾਲ, ਬਾਪੂ ਨੀ ਹੈਗਾ? ਅੱਛਾ, ਬੰਦ ਗੋਭੀ ਚੱਲਦੀ ਆ। ਹਾਂ ਬਾਪੂ ਨੇ ਲਾ ਦੇਣੇ ਬਈ, ਬੰਦਿਆਂ ਨਾਲੇ ਹੁੰਦਾ ਇਹ। ਕਿੰਨਾ ਹੁਣ? ਉਹਦਾ ਜੇ 5-10 ਰੁਪਏ 5 ਰੁਪਏ ਹੋਏ ਤਾਂ ਵੀ ਬਹੁਤ ਆ, ਉਹਦਾ ਨੀਰਾ ਪੱਥਰ ਦਾ ਹੈ ਕਿ ਨਹੀਂ? ਮੈਨੂੰ ਤਾਂ ਚੱਲਦੀ ਆ ਬਾਈ, ਮੈਂ ਪੁੱਛਦੇ ਕਿਹੜਾ ਬੀਜ ਬੂਜ ਆ। ਸ਼ਹਿਰ ਕੋਠਿਆਂ ਦੇ ਵਿੱਚ ਚੱਲਦੀ ਆ ਬਾਈ, ਨਰਮ ਹੈ ਥੋੜ੍ਹੀ ਜੀ। ਲੈ ਮੋਨੂੰ ਤੇਰਾ ਝਾੜ ਚੰਗਾ ਤੇਰਾ, ਤੇ ਧਾਨਾ ਮੰਗਦਾ ਉੱਪਰ ਨੂੰ ਕੱਢਤੀ ਕਣਕ ਦੇਖਦਾ ਲੈ। ਹਾਂ ਮਿਹਨਤ ਤਾਂ ਤੂੰ ਕਰਦੇ ਫੇਰ ਉਹੀਓ ਨਾ ਖੜਾ ਦੀ ਮੋਨੂੰ ਆਪ ਉਹ ਦੱਬ ਜਾ ਕੇ, ਉਹ ਦੇਖੋ ਜਾਣ ਲੱਗ ਗਈ।
ਨਰਮ ਹੈਗੇ ਆ ਬਾਈ ਕਣਕਾਂ। ਚੱਲਣ ਦੇ ਫਿਰ ਕਹਿਣਾ ਝਾੜ ਸਾਡਾ ਇੰਨਾ ਆਇਆ। ਪਤਾ ਨੀ ਕਿਹੜਾ ਆੜਤੀ ਆ ਇਹਨਾਂ ਦਾ ਇਹੋ ਜਿਹਾ। ਸ਼ਹਿਰ ਦੇ ਵਿੱਚ ਆ ਗਿਆ ਜੀ ਰੋਪੜ, ਕੋਠਿਆਂ ਦੇ ਵਿਚਾਲੇ ਚੱਲਦੀ ਆ। ਸੋਲਾਂ ਸੌ ਦਾ ਟਰਾਲਾ, 3 ਕਿੱਲੇ ਆ ਬਾਈ ਇਹ। ਹੁਣ ਦੇਖ ਲਓ ਇਹਨਾਂ ਚੋਂ ਆ ਸੋਹਣੀ ਹੋ ਗਈ। ਕਿੰਨੇ ਰੋਟੀ ਨੂੰ ਕਹਿਤਾ ਤਾ? ਠੀਕ ਆ ਠੀਕ ਆ। ਹੋਟਲ ਮੈਂ ਕਿਹਾ ਕਿਵੇਂ ਆਲੇ ਦੁਆਲੇ ਕਹਿੰਦਾ ਨਾਲ ਵੱਜ ਕੇ ਆਵਾਜ਼ ਆਈ ਜਾਂਦੀ ਆ। ਹੁਣ ਕਿਆ ਰਹਿਣ ਦੋ, ਆ ਤਾਂ ਹਰੀ ਤੱਕੀ ਦੀ, ਉਹ ਤਾਂ ਸੁੱਕੀ ਆ ਫਿਰ ਵੀ ਕਹਿੰਦੇ ਰਹਿਣ ਦੋ। ਹੁਣ ਕਿਆ ਰਹਿਣ ਦੋ, ਹਰੀ ਦਾ ਰਾਹ ਤਾਂ ਚੱਕਦੀ। ਜਦ ਤੈਨੂੰ ਪਹਿਲਾਂ ਨਾ ਕਰੀ ਵੀ ਰਹਿਣ ਦੇ। ਸਬਜ਼ੀ ਸੁਬਜ਼ੀ ਤਾਂ ਇਹਨੇ ਕਾਇਮ ਰੱਖਣੀ ਆ, ਚੱਲ ਆਪਾਂ ਉੱਤੇ ਲਾਈਏ। ਉਹ ਭਰ ਗਿਆ, ਜੇ ਕਿਤੇ ਉਹ ਵੱਡ ਹੋ ਜਾਂਦੀ ਹਰੀ ਹੁਰੀ, ਇਹ ਹਰੀ ਕਰਕੇ ਛੇਤੀ ਭਰ ਜਾਂਦਾ ਇੱਥੇ ਹੈ ਨਾ। ਆਹ 3 ਵਿਘੇ ਨਹੀਂ ਭਰਦੇ ਆ। ਹਾਂ ਅੱਧਾ ਹੀ ਉਹਦਾ ਹਈਏ ਬੱਕਰੀਆਂ ਦਾ ਗਈਆਂ। ਚਿੰਨਾ ਕਹਿੰਦਾ, ਕਹਿੰਦਾ ਬਾਈ, ਕਹਿੰਦਾ ਹਾਂ, ਕਹਿੰਦਾ ਕਿਤੇ ਵਿਆਹ ਤਾਂ ਨੀ ਹੈਗਾ ਤੁਹਾਡੇ ਨੇੜੇ ਤੇੜੇ? ਕਹਿੰਦਾ ਕਾਹਦੇ? ਕਹਿੰਦਾ ਜਿਹੜੀਆਂ ਤਾਂ ਬੱਕਰੀਆਂ ਵੰਡਣੀਆਂ ਹੋਣੀਆਂ। ਮੋਨੂ ਨੂੰ ਬਸ਼ਰਮ ਕਰੇ, ਕਹਿੰਦਾ ਤਾਂ ਬੱਕਰੀਆਂ ਵੰਡਣੀਆਂ ਹੋਣੀਆਂ ਇਹ। ਲੋ ਬਾਈ, ਸਮਰਾਲੇ ਤੋਂ ਆ ਗਏ ਆਪਣੇ ਪਿੰਡ ਫਿਰ। ਆ ਚੱਲਦੇ ਆ ਨਿੰਦਰ ਬਾਈ ਦੇ ਰਿਸ਼ਤੇਦਾਰਾਂ ਦੇ। ਕਹਿੰਦੇ ਪੜ੍ਹ ਦੋ, ਮੌਸਮ ਹੋ ਗਿਆ ਖਰਾਬ। ਕਹਿੰਦੇ ਪੜ੍ਹ ਦੋ ਬਾਈ, ਨਹੀਂ ਤੇ ਕੱਲ੍ਹ ਦਾ ਟਾਈਮ ਤਾਂ, ਅਤੇ ਫਿਰ ਅੱਜ ਮੈਂ ਕਿਹਾ ਚੱਲ ਵੱਢ ਦਿੰਦੇ ਹਾਂ ਉੱਥੇ ਛੱਡ ਕੇ ਇੱਧਰ ਆ ਕੇ। ਆ ਚੱਲਿਆ ਹੁਣ ਇਹਦਾ 1.5 ਕਿੱਲਾ ਵੱਢ ਹੋ ਗਿਆ। ਬਾਕੀ ਉੱਪਰ ਰਾਖੀ ਦੇਖਦੇ ਹਾਂ ਹੁਣ ਕਦ ਤੱਕ ਚੱਲਦੀ ਆ। ਮੌਸਮ ਬੱਦਲਬਾਜ਼ੀ ਆ, ਵੈਸੇ ਤਾਂ ਚੱਲੀ ਜਾਣੀ ਹੁਣ, ਇਹਦੇ 5-6 ਕਿੱਲੇ ਤਾਂ ਵੱਢੂ ਗਈ। ਹਵਾ ਚੱਲ ਪਈ ਬਾਈ, ਹਾਂ ਚੱਲਦੀ ਆ।
ਤੇ 303 ਬੀਜ ਹੈ ਬਾਈ ਵਿੱਚ ਦਾ, ਮਤਲਬ ਕਿ ਸਾਰੀ ਪੱਕੀ ਹੈ ਅਤੇ ਆਹ ਸਾਈਡਾਂ ਵਾ ਥੋੜ੍ਹੀ ਥੋੜ੍ਹੀ ਕਿਤੇ ਕਿਤੇ ਕੋਈ ਕੋਈ ਵੱਲ ਹਰੀ ਹੈ ਅਤੇ ਹੋਰ ਸਾਰੀ ਪੱਕ ਗਈ ਇਹ ਆਹ ਪਾਂਟ ਸਿਰੇ ਤੱਕ ਅਤੇ ਬਾਈਆਂ ਦਾ ਟਰੈਕਟਰ ਆ ਗਿਆ ਇੱਧਰ ਅਤੇ ਸਪਰੇਅ ਦਾ ਬਹੁਤ ਫਰਕ ਹੈ ਬਾਈ ਜਿਹੜੀ ਬਾਈਆਂ ਨੇ ਪਹਿਲਾਂ ਕਰੀ ਤੀ ਮੈਂ ਤੁਹਾਨੂੰ ਵੀਡੀਓ ਬਣਾਈ ਦਿਖਾਈ ਤੀ ਜਿਹੜੇ ਇਹਨਾਂ ਨੇ ਪੰਪ ਨਾਲ ਦੋਨੋਂ ਪਾਸੇ ਫੜ ਕੇ ਉਹ 15 ਪਤਾ ਨਹੀਂ ਕਿੰਨੇ ਫੁੱਟ ਦਾ ਚੜਾਈ ਦਾ ਫੱਟੇ ਜਿਹੇ ਵਾਂਗ ਸਪਰੇਅ ਕਰਦੇ ਜਾਂਦੇ ਇੱਕ ਵੀ ਗੁੱਲੀ ਡੰਡਾ ਨਹੀਂ ਹੈਗਾ ਸਾਫ ਪਈ ਕਣਕ ਜਿਹੜੀ ਆਪਾਂ ਕਣਕ ਬੀਜ ਤੋਂ ਬਾਅਦ ਜਦੇ ਕਰ ਦਿੰਦੇ ਹਾਂ ਸਾਈਡਾਂ ਵਾ ਥੋੜ੍ਹਾ ਥੋੜ੍ਹਾ ਨਰਮ ਹੈਗਾ ਤਾਂ ਬਾਕੀ ਪੱਕੀ ਬਾਕੀ ਕਣਕ ਤਾਂ ਹੁਣ ਤੁਹਾਨੂੰ ਲੱਗੇ ਨੇ ਬਾਈ ਇਹਨਾਂ ਨੂੰ ਮੈਂ ਕਿਹਾ ਵੀ ਆ ਜਾ ਕਹਿੰਦੇ ਆ ਜਾ ਵਾ ਫਿਰ ਜਦੇ ਇਹ ਵੀ ਪਹੁੰਚ ਗਏ ਲਾਹਾ ਲੱਗਿਆ ਹੋਇਆ ਬੱਦਲ ਮੌਸਮ ਖਰਾਬ ਹੁੰਦਾ ਹਵਾ ਬਾਈ ਵਾਧੂ ਚੱਲਦੀ ਉਹ ਲੱਗੇ ਹੋਏ ਲਓ ਬਾਈ ਆਪਣੀ ਬਣਾ ਜਾਣੀ ਹੁਣ ਸਾਡੀ ਵਾਰੀ ਨੂੰ ਮੀਂਹ ਪਵਾਉਂਗੇ ਹੋਰ ਕਿਆ ਹਾਲ ਹੈ ਬਾਈ ਜੀ ਉਹ ਯਾਰ ਇਹੀ ਆਹੀ ਇਹਦੇ ਕਰਕੇ ਖੇਤੀ ਦੇ ਥੋੜ੍ਹਾ ਮਨ ਜਿਹਾ ਮੁੜਨ ਲੱਗ ਜਾਣਾ ਹੈ ਕਿ ਨਹੀਂ ਹੋਰ ਸੁਣਾਓ ਤੁਹਾਡਾ ਕੱਲ੍ਹ ਦਾ ਟਾਈਮ ਦਾ ਮੌਸਮ ਕਰਕੇ ਹੀ ਮੈਂ ਲੱਗ ਗਿਆ ਮੈਂ ਕਿਹਾ ਚੱਲ ਵੇ ਅੱਜ ਵੱਢ ਹੋ ਜਾਣੀ ਉਹ ਅੱਜ ਸਮਰਾਲੇ ਵਾਲਿਆਂ ਨੂੰ ਉਹਨਾਂ ਨੂੰ ਕਿਹਾ ਹੋਇਆ ਤਾ ਉਹਦਾ ਵੀ ਹਾਲੇ ਕਿੱਲਾ ਡੇਢ ਕਿੱਲਾ ਛੱਡ ਗਿਆ ਜ਼ਿਆਦਾ ਹੀ ਨਰਮ ਤਾ ਉਹ ਵੀ ਬੱਦਲ ਨੂੰ ਦੇਖ ਕੇ ਕਹਿੰਦਾ ਤੂੰ ਵੱਢ ਦੇ ਮੈਂ ਕਿਹਾ ਯਾਰ ਕਾਹਨੂੰ ਜਮਾਂ ਹੀ ਨਰਮ ਗਿਆ ਉਹ ਕਰਨ ਲੱਗਿਆ ਤੁਹਾਡੇ ਵਾਲੀ ਆਹ ਤਾਂ ਠੀਕ ਆ ਉਹ ਖੱਤੀ ਆਹ ਤੀ ਥੋੜ੍ਹੀ ਜੀ ਉਹ ਨਰਮ ਤੀ ਪਹਿਲੀ ਆਹ ਤਾਂ ਠੀਕ ਆ ਐਹਣ ਦਾ ਡਰ ਲੱਗਦਾ ਸਹੀ ਗੱਲ ਹੈ ਮੈਂ ਉਹ ਵੈਸੇ ਦੇਖਿਆ ਪਹਿਲਾਂ ਵੀ ਜਿਹੜੀ ਪਹਿਲਾਂ ਵੀ ਐਹਣ ਪਈ ਆ ਉਹਦੇ ਨਾਲ ਵੀ ਤੁਹਾਡੀ ਇੰਨਾ ਨੀ ਪਿਆ ਫਰਕ ਹਲਕੀ ਸਹੀ ਗੱਲ ਹੈ ਸਹੀ ਗੱਲ ਹੈ ਇਹ 303 ਬੀਜ ਹੈ ਇਹ ਥੋੜਾ ਚੀੜਾ ਮੈਂ ਹੁੰਦਾ ਮੈਨੂੰ ਲੱਗਦਾ ਇਹ ਚੀੜਾ ਹੈ ਤਾਂ ਹੀ ਉੱਥੇ ਦਿਲ ਘੱਟ ਹੋ ਕਰੀ ਵੀ ਤੀ ਤਾਂ ਵੀ ਚੱਲੀ ਗਈ ਪਰ ਮੌਸਮ ਦਾ ਵੀ ਫਰਕ ਪੈ ਗਿਆ ਹਵਾ ਨਾਲ ਥੋੜ੍ਹੀ ਠੰਡ ਜੀ ਹੋ ਗਈ ਇਸ ਟਾਈਮ ਹਾਂ ਇਸ ਟਾਈਮ ਥੋੜ੍ਹਾ ਫਿਰ ਕਸਣੀ ਪੈਂਦੀ ਹੈ ਬਾਸਕਟ ਉੱਥੇ ਤਾਂ ਪਿੱਛੇ ਕੁਛ ਵੀ ਨਹੀਂ ਦੇ ਇਹਦੇ ਤਾਂ ਹੁਣ ਫਿਰ ਵੀ ਮਾੜੀ ਮਾੜੀ ਬੱਲ ਜੇ ਵਾਂਗ ਲੱਗਦੀ ਹੈ ਉਹ ਤਾਂ ਫਿਰ ਸਾਫ਼ ਹੋਏਗੀ ਦਿਨ ਦਾ ਫਰਕ ਹੈਗਾ ਹੈ ਬਹੁਤ ਫਰਕ ਹੈ ਤੁਸੀਂ ਕਿਹੜੀ ਸਪਰੇਅ ਕਰੀ ਤੀ ਪਹਿਲਾਂ ਉਹ ਤੇ ਆਪਣਾ ਗੁੱਲੀ ਡੰਡੇ ਵਾਲੀ ਅਫਕੀਰਾ ਵਧੀਆ ਰਿਜ਼ਲਟ ਦਿਆ ਉਹਨੇ ਨਾ ਮੈਂ ਉਹੀ ਰਿਹਾ ਵੀ ਜਮਾਂ ਗੁੱਲੀ ਡੰਡਾ ਨਹੀਂ ਹੈਗਾ ਬਾਕੀ ਤੁਹਾਡਾ ਤਰੀਕਾ ਵੀ ਵਧੀਆ ਉਹ ਜਿਹੜਾ ਤੁਸੀਂ ਉਹ ਜਗਾੜ ਬਣਾਇਆ ਹੋਇਆ ਨਾ ਉਹ ਬਹੁਤ ਵਧੀਆ ਹੈ ਡਬਲ ਵੱਜਦੀ ਉਹ ਅੱਧਾ ਅੱਧਾ ਤਾਂ ਦੂਏ ਪਰੇ ਚੜ੍ਹਦੀ ਹੈ ਉਹ ਚੜ੍ਹਦੀ ਚੜ੍ਹਦੀ ਹਾਂ ਝਾੜ ਵੀ ਠੀਕ ਲੱਗਦਾ ਬਾਈ ਹੈ ਨਾ ਠੀਕ ਹੈ ਬਾਕੀ ਤਾਂ ਹੁਣ ਜੁਖੇ ਤੇ ਪਤਾ ਲੱਗੂ ਫਿਰ ਵੀ ਠੀਕ ਹੈ ਜਿਹੜੇ ਹਿਸਾਬ ਨਾਲ ਸਾਨੂੰ ਟੈਂਕਰ ਦੇ ਹਿਸਾਬ ਨਾਲ ਵੀ ਪਤਾ ਲੱਗ ਜਾਂਦਾ ਨਾ ਆਹ ਜਿਹੜੀ ਨਰਮ ਕਰਕੇ ਮੱਖੀ ਆਉਂਦੀ ਹੈ ਇਹ ਜਿਹੜਾ ਹਰਾ ਦਾਣਾ ਨਾ ਉਹਦੇ ਕਰਕੇ ਆਉਂਦੀ ਹੈ ਥੋੜ੍ਹੀ ਥੋੜ੍ਹੀ ਬਾਅਦ ਚੱਲ ਪਈ ਬਾਈ ਬਾਕੀ ਬਾਈਆਂ ਦੀ ਇਹ ਸਿਫਤ ਆ ਬਾਈ ਬੜਾਈ ਨੂੰ ਹੁਣ ਦੇਖੋ ਸਾਰੇ ਭਰਾ ਫਿਰ ਇਕੱਠੇ ਆ ਕੇ ਠੀਕ ਹੈ ਝਾੜ ਬਾਈ ਵਧੀਆ ਹੈ ਮਿਹਨਤ ਵੀ ਵੱਧ ਕਰਦੇ ਹਾਂ
ਕਿਵੇਂ ਲੱਗਦਾ ਝਾੜ? ਹੋਰ ਸੁਣਾਓ, ਝਾੜ ਠੀਕ ਲੱਗਦਾ? ਬਾਕੀ ਮਿਹਨਤ ਵੀ ਤੁਸੀਂ ਵਾਧੂ ਕਰਦੇ ਆ ਬਾਈ। ਇਹ ਸਪਰੇਅ ਹੁਣ ਬਾਅਦ ਚ ਤਾਕਤ ਦੀ ਕਰੀ ਦੀ ਕਿ ਦੂਈ ਕਰੀ ਦੀ? ਜਾਂ ਹੁਣ ਟਿਲਟ ਵੀ ਵਿੱਚੇ ਹੈ ਨਾ, ਸਜੈਂਟਾ ਦੀ? ਠੀਕ ਹੈ ਜੀ, ਹੈ ਨਾ, ਠੀਕ ਹੈ ਯਾਰ ਝਾੜ ਸਾਹਿਬ ਨਾਲ। ਬਾਕੀ ਨਾਲੇ ਹਾਲੇ ਪਾਣੀ ਨੇ ਦੱਬ ਲਈ ਦੀ, ਇਹ ਪਾਣੀ ਕਰਕੇ ਹੀ ਕਾਲੀ ਕਾਲੀ ਹੋਈ ਵੀ ਇਹ। ਹਾਂ, ਇਹ 303 ਬੀਜ ਆ, ਉਹ ਪਰਾ ਜਿਹੜਾ ਉਹ ਬੱਟ ਦੇ ਨਾਲ 87, ਉਹ ਟਾਈਮ ਵੱਧ ਲੈਂਦੀ ਆ ਉਹ। ਹਾਂ, ਇਹ ਠੀਕ ਰਹੀ, ਹਫਤਾ ਘੱਟ ਲੱਤਾ ਬੀਜੀ ਇਕੱਠੀ ਦੀ। ਹਾਂ ਬਾਈ, ਥੋੜੀ ਸਪਰੇ ਨੇ ਪੂਰਾ ਅਸਰ ਦਿਖਾਇਆ ਗੁੱਲੀ ਡੰਡੇ ਦੇ ਬਗੈਰ। ਹਾਂ, ਉਹਦੀ ਗੁੱਲੀ ਡੰਡਾ ਹੋ ਗਿਆ। ਹਾਂ, ਉਹ ਨੀ ਮਾਰ, ਤੁਸੀਂ ਪਹਿਲਾਂ ਹੀ ਸਾਂਭ ਲਿਆ। ਬਾਕੀ ਤੁਹਾਡੇ ਵਾਲਾ ਤਰੀਕਾ ਬਹੁਤ ਵਧੀਆ, ਉਹ ਜਿਹੜਾ ਤੁਹਾਡਾ ਜਗਾੜ ਬਣਿਆ ਹੋਣਾ ਉਹ ਬਹੁਤ ਵਧੀਆ। ਹਾਂ, ਇਹਦੇ ਚ ਆਜੂ ਤਾਂ ਛੋਟੀ ਟਰਾਲੀ ਰਹਿੰਦੀ ਇੱਕ ਹੋਰ। ਹੈਂ, ਹਾਂ ਉਹ ਤਾਂ ਜ਼ਰੂਰੀ ਆ, ਤੁਹਾਡੇ ਕੋਲ ਗੱਲ ਪੱਕੀ ਆ, ਉਹ ਤਾਂ ਜ਼ਰੂਰੀ ਆ ਬਾਈ। ਨਾ ਉਹ ਪਿਛਲੀ ਵਾਰ ਜੀਰੀ ਨੂੰ ਵੀ ਨਾਲ ਰਹੀ, ਹੈਂ ਨਹੀਂ ਉਹ ਵਧੀਆ ਬਾਈ, ਨਾ ਪਊ ਗਿਆ ਐਤਕੀ ਫਿਰ, ਮੈਨੂੰ ਲੱਗਦਾ ਉਹ ਚ ਪੈਣੇ ਆ। ਹੈਂ, ਪੈ ਜਾਣੇ। ਇਹ 16 ਫੁੱਟ ਆ, ਸਮਝ ਲਓ ਇਹ ਚ ਹੁਣ 3 ਪਹਿਲੇ। ਠੀਕ ਆ, ਪਰ ਜੇ ਖੱਤੀ ਨਰਮ ਦੀ ਆ ਤਾਂ ਠੀਕ ਆ, ਨਾਲੇ ਹੁਣ ਮੌਸਮ ਵੀ ਮੜਾ ਜਾ। ਹਾਂ, ਇੱਕ ਦਿਨ ਬਲ ਜਮਾ ਹੀ ਛੋਟੀ ਛੋਟੀ ਆ, ਚਲੋ ਹਾਂ ਉਹਨੇ ਕਰਕੇ ਹੋ ਗਿਆ, ਇਹ ਕਾਲੀ ਜੀ ਉਹਦੇ ਕਰਕੇ ਪਈ ਥੋੜੀ ਜੀ, ਇਹ ਬਹੁਤ ਤਕੜੇ ਹੋ। ਨਹੀਂ, ਕਣਕ ਫਿਰ ਵੀ ਠੀਕ ਆ, ਉਹ ਕਿਹੜੀ ਸੋਚਾਂ ਚ ਪੈ ਗਿਆ। ਰੱਬ ਨੂੰ ਰੋਕੂਗਾ ਇਹ।